ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਬ੍ਰੇਕਫਾਸਟ ਸ਼ੋਅ ਦੇ ਵਿੱਚ, ਤੇ ਨਾਲ ਨਾਲ ਆਪਣੇ ਜਿਹੜੇ ਕਿ ਬਲਬੀਰ ਕੌਰ ਜੀ ਐਨਐਚ ਦੇ ਟਰਾਂਸਲੇਟਰ ਨੇ, ਉਹਨਾਂ ਦੇ ਨਾਲ ਵੀ ਆਪਣੇ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਬਲਬੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਤੁਹਾਡਾ ਸਵਾਗਤ ਆ, ਤੇ ਤੁਹਾਡੇ ਨਾਲ ਨਰਿੰਦਰ ਜੀ ਗੱਲਬਾਤ ਕਰੂਗੇ, ਤੇ ਉਸ ਤੋਂ ਪਹਿਲਾਂ ਨਰਿੰਦਰ ਜੀ ਆਪਾਂ ਥੋੜ੍ਹਾ ਜਿਹਾ ਮੌਸਮ ਦਾ ਦੱਸਦੇ ਹਾਂ, ਕਿਉਂਕਿ ਵੇਟ ਕਰਦੇ ਹੋਣੇ ਆ ਸਾਡੇ ਦਰਸ਼ਕ ਵੀ, ਤੇ ਅੱਜ ਦਾ ਜਿਹੜਾ ਮੌਸਮ ਆ, ਸਭ ਤੋਂ ਪਹਿਲਾਂ ਅਸੀਂ ਮੌਸਮ ਬਾਰੇ ਗੱਲਬਾਤ ਕਰਦੇ ਹਾਂ, ਤੇ ਬਰਮਿੰਗਮ ਦਾ ਜਿਹੜਾ ਮੌਸਮ ਆ ਬਹੁਤ ਵੈਸੇ ਵਧੀਆ ਆ, ਅੱਜ ਥੋੜ੍ਹਾ ਜਿਹਾ ਠੀਕ ਆ, ਬਹੁਤੀ ਠੰਡ ਨਹੀਂ ਹੈਗੀ। ਜਿਹੜਾ ਡੇ ਟਾਈਮ ਦਾ ਮੌਸਮ ਰਹੂਗਾ 11 ਡਿਗਰੀ ਸੈਲਸੀਅਸ, ਤੇ ਨਾਈਟ ਦਾ ਰਹੂਗਾ 7 ਡਿਗਰੀ, ਤੇ ਹਲਕੀ ਬਾਰਿਸ਼ ਹੋਵੇਗੀ, ਤੇ ਬਾਕੀ ਲੰਡਨ ਦਾ ਮੌਸਮ ਜਿਹੜਾ ਇਹਦੇ ਨਾਲੋਂ ਥੋੜ੍ਹਾ ਵਧੀਆ ਆ, ਉਹ 12 ਡਿਗਰੀ ਡੇ ਟਾਈਮ ਤੇ 7 ਡਿਗਰੀ ਉਹ ਹੋਊਗਾ ਨਾਈਟ ਟਾਈਮ, ਤੇ ਉੱਥੇ ਵੀ ਥੋੜ੍ਹੀ ਥੋੜ੍ਹੀ ਬਾਰਿਸ਼ ਹੋਵੇਗੀ। ਤੇ ਇਹ ਸੀ ਇੰਗਲੈਂਡ ਦਾ ਮੌਸਮ, ਤੇ ਆਪਾਂ ਇੰਡੀਆ ਦੇ ਮੌਸਮ ਬਾਰੇ ਚੱਲਦੇ ਹਾਂ। ਨਿਊ ਦਿੱਲੀ ਦਾ ਜਿਹੜਾ ਮੌਸਮ ਹੈਗਾ ਉਹ ਹੈਗਾ 18 ਡਿਗਰੀ ਸੈਲਸੀਅਸ ਡੇ ਟਾਈਮ, ਤੇ ਨਾਈਟ ਟਾਈਮ 7 ਡਿਗਰੀ ਸੈਲਸੀਅਸ, ਤੇ ਹਾਂ ਬੱਦਲਵਾਈ ਰਹੇਗੀ ਉੱਥੇ। ਤੇ ਅੰਮ੍ਰਿਤਸਰ ਦਾ ਮੌਸਮ ਉਹਦੇ ਨਾਲੋਂ ਥੋੜ੍ਹਾ ਠੰਡਾ ਆ, ਉਹ 15 ਡਿਗਰੀ ਸੈਲਸੀਅਸ, ਤੇ ਡੇ ਟਾਈਮ ਤੇ ਨਾਈਟ ਹੋਏਗੀ 8 ਡਿਗਰੀ ਸੈਲਸੀਅਸ, ਉੱਥੇ ਵੀ ਬੱਦਲਵਾਈ ਰਹੇਗੀ। ਤੇ ਕੈਨੇਡਾ ਚੱਲਦੇ ਹਾਂ, ਤੇ ਵੈਨਕੂਵਰ ਦਾ ਮੌਸਮ ਡੇ ਟਾਈਮ 6 ਡਿਗਰੀ ਸੈਲਸੀਅਸ, ਤੇ ਨਾਈਟ ਟਾਈਮ ਹੋਏਗਾ 4 ਡਿਗਰੀ, ਤੇ ਉੱਥੇ ਭਾਰੀ ਬਾਰਿਸ਼ ਹੋਵੇਗੀ, ਹੈਵੀ ਰੇਨ ਹੋਣ ਦੀ ਸੰਭਾਵਨਾ ਹੈਗੀ ਹੈ। ਤੇ ਟੋਰਾਂਟੋ ਦਾ ਮੌਸਮ ਜਿਹੜਾ ਡੇ ਟਾਈਮ ਹੋਏਗਾ -9 ਤੇ 15 ਨਾਈਟ ਟਾਈਮ, ਤੇ ਉੱਥੇ ਕਲਾਊਡੀ ਰਹੇਗਾ ਤੇ ਬੱਦਲਵਾਈ ਰਹੂਗੀ। ਤੇ ਆਸਟ੍ਰੇਲੀਆ ਦਾ ਮੌਸਮ ਕਾਫੀ ਵਧੀਆ ਹੈਗਾ, 40 ਡਿਗਰੀ ਸੈਲਸੀਅਸ, ਤੇ ਡੇ ਟਾਈਮ ਤੇ ਨਾਈਟ ਟਾਈਮ ਹੋਏਗਾ 19 ਡਿਗਰੀ, ਤੇ ਉੱਥੇ ਦਾ ਜਿਹੜਾ ਮੌਸਮ ਆ ਸਾਫ਼ ਰਹੇਗਾ। ਤਾਂ ਇਹ ਸੀਗਾ ਥੋੜ੍ਹਾ ਜਿਹਾ ਮੌਸਮ ਦਾ ਹਾਲ, ਅਤੇ ਨਾਲ ਨਾਲ ਤੁਹਾਨੂੰ ਕਰੰਸੀ ਦੀ ਵੀ ਅਪਡੇਟ ਦੱਸ ਦਿੰਦੇ ਹਾਂ, ਕਿਉਂਕਿ ਪੌਂਡ ਦੇ ਮੁਕਾਬਲੇ ਵਿੱਚ ਜਿਹੜਾ 19 ਤਰੀਕ ਵੀਰਵਾਰ ਅੱਜ ਦਾ ਜਿਹੜੀ ਕਰੰਸੀ ਦਾ ਰੇਟ, ਇੰਡੀਆ ਦੇ ਰੁਪਈਏ ਦਾ ਰੇਟ ਹੈਗਾ ਹੈ 92 ਰੁਪਈਏ ਅਤੇ 99 ਪੈਸੇ, ਪਾਕਿਸਤਾਨ ਦਾ 202 ਰੁਪਈਏ ਅਤੇ 79 ਪੈਸੇ, ਬੰਗਲਾ ਟਾਕਾ ਹੈਗਾ 111.20 ਟਾਕਾ, ਅਤੇ ਯੂਰੋ ਹੈਗਾ 1.70 ਯੂਰੋ, ਅਤੇ ਦੁਬਈ ਡਿਰਮ ਹੈਗਾ 0.21 ਡਿਰਮ, ਅਤੇ USA ਦਾ ਜਿਹੜਾ ਡੋਲਰ ਹੈਗਾ ਆ ਪੌਂਡ ਦੇ ਮੁਕਾਬਲੇ ਵਿੱਚ $1.30, ਅਤੇ ਆਸਟ੍ਰੇਲੀਆ ਡੋਲਰ ਹੈਗਾ $1 ਤੇ 90 ਸੈਂਟ, ਅਤੇ ਕੈਨੇਡਾ ਡੋਲਰ ਹੈਗਾ $1 ਤੇ 71 ਸੈਂਟ। ਇਹ ਸੀ ਥੋੜ੍ਹੀ ਜਿਹੀ ਕਰੰਸੀ ਦੀ ਅਪਡੇਟ, ਇਸ ਜਿਹੜੀ ਕਰੰਸੀ ਦੇ ਜਿਹੜੇ ਪ੍ਰਾਈਸ ਹੈਗੇ ਆ ਜਿਹੜੇ ਅਪਡੇਟ ਘੱਟਦੇ ਵੱਧਦੇ ਰਹਿੰਦੇ। ਅਗਰ ਤੁਸੀਂ ਕੋਈ ਟ੍ਰਾਂਜੈਕਸ਼ਨ ਕਰਨੀ ਆ ਤਾਂ ਆਪਣੇ ਅਦਾਰਿਆਂ ਦੇ ਨਾਲ ਗੱਲਬਾਤ ਕਰਕੇ ਹੀ ਕਰਨੀ, ਇਹ ਸਾਡਾ ਜਿਹੜਾ ਕਿ ਥੋੜ੍ਹਾ ਜਿਹਾ ਐਸਟੀਮੇਟ ਹੀ ਹੁੰਦਾ ਹੈਗਾ। ਇਹ ਸੀਗੇ ਅੱਜ ਤੁਹਾਨੂੰ ਥੋੜ੍ਹਾ ਜਿਹਾ ਰਾਤ ਮਿਲੀ ਹੋਣਗੀ ਹੁਣੀ ਆ, ਅਤੇ ਤੁਸੀਂ ਬਾਕੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿੱਦਾਂ ਜਿਹੜੇ ਇੱਕ ਦਾ ਸਹਿਜ ਪਾਠ ਹੈਗੇ ਆ ਉਹ 6 ਜਨਵਰੀ ਤੋਂ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਕਿ ਅੱਗੇ ਸ਼ੁਰੂ ਹੋਏ ਸੀਗੇ ਉਸੇ ਤਰ੍ਹਾਂ ਹੀ ਉਸੇ ਟਾਈਮ 'ਤੇ ਸ਼ੁਰੂ ਹੋ ਰਹੇ ਆ, ਅਤੇ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਦਰਸ਼ਕਾਂ ਲਈ। ਅਤੇ ਨਾਲ ਨਾਲ ਸਾਕਾ ਸਰਹੰਦ ਦੇ ਜਿਹੜੇ ਅਸੀਂ ਪ੍ਰੋਗਰਾਮ ਹਮੇਸ਼ਾ ਹਰ ਸਾਲ ਕਰਦੇ ਹਾਂ ਉਹ ਸ਼ੁਰੂ ਹੋ ਰਹੇ ਆ, 25 ਦਸੰਬਰ ਤੋਂ ਹੋ ਰਹੇ ਆ ਗੁਰਦੁਆਰਾ ਪਥ ਪ੍ਰਕਾਸ਼ ਲੈਸਟਰ ਦੇ ਵਿੱਚ, ਜਿਹਦੇ ਵਿੱਚ ਕਿ ਬੀਬੀ ਡਾਕਟਰ ਜਿਹੜੀ ਪ੍ਰਚਾਰਕ ਹੈਗੇ ਆ ਡਾਕਟਰ ਬਬਲਜੀਤ ਕੌਰ PhD ਲੈਕਚਰ ਹੈਗੇ ਉਹ ਆਊਗੇ, ਅਤੇ ਨਾਲ ਨਾਲ ਬਲਵਿੰਦਰ ਸਿੰਘ ਬੈਲ ਢਾਡੀ ਜਥਾ ਉਹ ਹੋਊਗੇ, ਅਤੇ ਤੁਸੀਂ ਹੁਮ ਹੁਮਾ ਕੇ ਉੱਥੇ ਪਹੁੰਚਣਾ। ਅਤੇ ਦੂਜਾ ਪ੍ਰੋਗਰਾਮ ਜਿਹੜਾ ਹੋਊਗਾ 26 ਦਸੰਬਰ ਰਾਮਗੜੀਆ ਸਿੱਖ ਗੁਰਦੁਆਰਾ ਨੈਵਲ ਰੋਡ ਫੋਰੈਸਟ ਗੇਟ ਲੰਡਨ ਦੇ ਵਿੱਚ ਹੋਵੇਗਾ, ਜਿਹਦੇ ਵਿੱਚ ਕਿ ਭਾਈ ਬਲਵਿੰਦਰ ਸਿੰਘ ਲੋਪੋਕੇ ਜਿਹੜੇ ਕਿ ਉੱਥੇ ਉਹ ਕੀਰਤਨ ਕਰਨਗੇ। ਅਤੇ ਤੀਜਾ ਜਿਹੜਾ ਪ੍ਰੋਗਰਾਮ ਹੋਊਗਾ 27 ਦਸੰਬਰ ਬੇਬੇ ਨਾਨਕੀ ਗੁਰਦੁਆਰਾ ਬਰਮਿੰਗਮ ਦੇ ਵਿੱਚ ਹੋਊਗਾ, ਜਿੱਥੇ ਕਿ ਉੱਥੇ ਵੀ ਭਾਈ ਬਲਵਿੰਦਰ ਸਿੰਘ ਜੀ ਲੁਪੇਵਾਲ ਹੋਗੇ, ਅਤੇ ਹਜ਼ੂਰੀ ਜਥਾ ਦਰਬਾਰ ਸਾਹਿਬ ਤੋਂ 8 ਤੋਂ ਲੈ ਕੇ 8:30 ਵਜੇ ਤੱਕ ਉਹ ਕੀਰਤਨ ਕਰਨਗੇ। ਅਤੇ ਫੰਡ ਰੇਜ਼ਿੰਗ ਲਈ ਜਿਹੜੀ ਸਪੀਚ ਆ 8:30 ਵਜੇ ਹੋਵੇਗੀ, ਵੱਧ ਤੋਂ ਵੱਧ ਤੁਸੀਂ ਆਪਣਾ ਦਸਵੰਦੇ ਦੇ ਵਿੱਚ ਪਾਓ ਕਿ ਇਹ ਜਿਹੜੇ ਪੈਸੇ ਆ ਬਹੁਤ ਚੰਗੇ ਕੰਮ ਲਈ ਵਰਤੇ ਜਾਓਗੇ, ਜਿਹੜੇ ਕਿ ਫੰਡ ਰੇਜ਼ਿੰਗ ਹੋਊਗੀ ਬਰਮਿੰਗਮ ਚਿਲਡਰਨ ਹੋਸਪਿਟਲ ਅਤੇ ਸ਼ਹਿਰ ਚੈਰਿਟੀ ਨੂੰ ਦਿੱਤੇ ਜਾਣਗੇ। ਅਤੇ 28 ਦਸੰਬਰ ਨੂੰ ਜਿਹੜਾ ਅਖੀਰਲਾ ਪ੍ਰੋਗਰਾਮ ਹੋਊਗਾ ਉਹ ਗੁਰੂ ਨਾਨਕ ਗੁਰਦੁਆਰਾ ਕੁਇੰਟੀ ਦੇ ਵਿੱਚ ਹੋਊਗਾ, ਜਿੱਥੇ ਕਿ ਜੱਗੀ ਮਿਊਜ਼ੀਕਲ ਵਾਲੇ ਉਹ ਹੋਗੇ ਸੁਖਵਿੰਦਰ ਸਿੰਘ ਪੀਟਰਬਰਗ ਤੋਂ ਕੀਰਤਨ ਜਥਾ ਹੋਵੇਗਾ, ਅਤੇ ਰਸਲ ਸਿੰਘ ਦੇ ਢਾਡੀ ਜਥਾ ਉਹ ਹੋਗੇ, ਅਤੇ ਬਾਕੀ ਤਰਨ ਕੌਰ ਹੋਏਗੀ
ਬਾਦ ਤੋਂ ਬਾਦ ਤੁਹਾਨੂੰ ਇਹ ਅਸੀਂ ਸੰਗਤ ਨੂੰ ਬੇਨਤੀ ਹੈ ਕਿ ਬਾਦ ਤੋਂ ਬਾਦ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਤੇ ਨਾਲ ਜਿਹੜੇ ਕਿ ਸੰਤਿਆਂ ਦਾ ਪ੍ਰੋਗਰਾਮ ਪਾਕਿਸਤਾਨ ਦੇ ਵਿੱਚ ਜਾਰੀ ਹੈ ਉਹਦੇ ਲਈ ਵੀ ਆਪਣਾ ਦਸਵੰਦ ਕੱਢੋ ਕਿ ਬਾਦ ਤੋਂ ਬਾਦ ਅਸੀਂ ਆਪਣੇ ਜਿਹੜੇ ਉੱਥੇ ਬੱਚੇ ਹੈਗੇ ਉਹਨਾਂ ਨੂੰ ਵਧੀਆ ਸੰਤਿਆਂ ਦੀ ਜਿਹੜੀ ਸਿੱਖਿਆ ਦਿੱਤੀ ਜਾਵੇ ਤੇ ਉਹਨਾਂ ਦਾ ਜਿਹੜਾ ਕਿ ਪ੍ਰਚਾਰ ਆ ਜਿੱਦਾਂ ਕਿ ਅਸੀਂ ਅਖੰਡ ਪਾਠ ਰੱਖਦੇ ਆ ਤੇ ਆਪਣੇ ਬੱਚੇ ਜਿਹੜੀ ਗੁਰਬਾਣੀ ਦੇ ਨਾਲ ਵਧੀਆ ਗੁਰਬਾਣੀ ਪੜਨ ਇਹ ਸੀਗੀ ਸਾਡੇ ਤੁਹਾਡੇ ਨਾਲ ਜਿਹੜੀ ਕਿ ਇੱਕ ਬੇਨਤੀ ਸਾਂਝੀ ਕੀਤੀ ਆ ਕਿ ਸਾਡੇ ਜਿਹੜਾ ਸਟਾਫ ਆ ਸਾਡੇ ਦਸਵੰਦ ਲੈਣ ਲਈ ਆਪਣੇ ਸਾਡੇ ਜਿਹੜਾ ਸਟਾਫ ਬੈਠਾ ਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਫੋਨ ਕਰੋ ਫੋਨ ਨੰਬਰ ਹੈਗਾ ਜੀ 0121381050 ਤੇ ਅਸੀਂ ਹੁਣ ਨਰਿੰਦਰ ਜੀ ਦੇ ਹੱਥ ਦੇ ਵਿੱਚ ਡੋਰ ਦੇ ਦੇਣੀ ਆ ਤੇ ਇਹ ਨਰਿੰਦਰ ਜੀ ਆਪਣਾ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰੂਗੇ ਹਾਂਜੀ ਮੈਂ ਸੋਚਿਆ ਗੈਸਟ ਪਹਿਲਾਂ ਦੋ ਜਿਹੜੇ ਨਿਊਜ਼ ਆ ਉਹ ਕਰ ਲਈਏ ਜੀ ਸੋ ਆਬਵੀਅਸਲੀ ਅੱਜ ਦੀ ਨਿਊਜ਼ ਇਹ ਆਈ ਆ ਕਿ ਸਟੇਟ ਓਪਨਿੰਗ Queen to outline Prime Minister Brexit and NHS agenda. Because pichle hafte sanu pata election hoye si. So odi bhi thodi bahut gall baat honi chahidi hai kyunki Prime Minister ne ehi kiya hai par Queen naal ral ke oh chahunda hai ki jehdi health service hai kyunki assi sare health NHS ch kam karde ha. So jaruri hunda hai par oh kehnda hai ki heart of the new government legislation ਉਹਨੇ NHS ਨੂੰ ਕਾਫੀ ਪਹਿਲ ਦੇਣੀ ਆ ਤੇ ਉਹਨੇ ਇਹ ਵੀ ਕਿਹਾ ਆ ਕਿ ਹੋਸਪਿਟਲਸ ਗਿਵਨ ਪਾਵਰ ਟੂ ਡਿਵੈਲਪ ਡਰੱਗਸ ਅਲੋਂਗ ਵਿਦ 33.9 ਬਿਲੀਅਨ ਫੰਡਿੰਗ ਸੋ ਇਹ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਇੱਕ ਹੋਰ ਕਿਉਂਕਿ ਜਦੋਂ ਤੁਸੀਂ ਹਸਪਤਾਲਾਂ 'ਚ ਦੇਖਦੇ ਆ ਕਾਫੀ ਤੁਸੀਂ ਦੇਖਦੇ ਆ ਕਿ ਇਟਸ ਵੈਰੀ ਮਿਕਸਡ ਦ ਸਕਿੱਲ ਮਿਕਸ ਨਾ ਇੰਡੀਆ ਤੋਂ ਪਾਕਿਸਤਾਨ ਤੋਂ ਅਫਰੀਕਾ ਤੋਂ ਸਾਰੀ ਦੁਨੀਆ ਤੋਂ ਡਾਕਟਰਸ ਨਰਸਿਸ ਆਉਂਦੇ ਆ ਸੋ ਉਹਨੇ ਇਹ ਵੀ ਇੱਕ ਕਿਹਾ ਆ ਕਿ ਨਿਊ ਇਮੀਗ੍ਰੇਸ਼ਨ ਫਾਸਟ ਟਰੈਕ ਡਾਕਟਰਸ ਐਂਡ ਨਰਸਿਸ ਸੋ ਕਹਿੰਦਾ ਤਾਂ ਹੈ ਲੈਟਸ ਜਸਟ ਹੋਪ ਹੀ ਡਿਲੀਵਰਸ ਇਟ ਐਂਡ ਪ੍ਰੋਮਿਸਸ ਇਟ ਹਨਾ ਸੋ ਇਹ NHS ਦੇ ਨਿਊਜ਼ ਸੀ ਬਹੁਤ ਵਧੀਆ ਨਿਊਜ਼ ਆ ਵੈਸੇ ਤਾਂ ਪਹਿਲੀ ਨਿਊਜ਼ ਜੇ NHS ਲਈ ਕਰ ਰਹੇ ਤਾਂ ਹਾਂਜੀ ਹਾਂਜੀ ਤੇ ਹੁਣ ਅਸੀਂ ਜਿੱਦਾਂ ਕਾਫੀ ਅਸੀਂ ਵੈਜੀਟੇਰੀਅਨ ਵੀ ਆ ਜੀ ਸੋ ਇਹ ਵੀ ਅੱਜ ਦੀ ਖਬਰ ਆਈ ਆ ਇਹ ਹੈਲਥ ਟਿਪ ਵੀ ਹੈਗਾ ਆ ਜਿਹੜੇ ਸਾਡੇ ਵਿਟਾਮਿਨ B12 ਡਿਫੀਸ਼ੀਐਂਸੀ ਆਮ ਸ਼ੋਰ ਯੂ ਕਮ ਅਕ੍ਰੋਸ ਅ ਲੋਟ ਆਫ ਪੇਸ਼ੈਂਟਸ ਇਨ ਵਿਮਨ ਐਗਜ਼ੈਕਟਲੀ ਐਂਡ ਏਸ਼ੀਅਨ ਪਾਰਟਿਕੂਲਰਲੀ ਬਿਕਾਜ਼ ਵੀ ਆਰ ਵੈਜੀਟੇਰੀਅਨ ਸੋ ਮੈਨੂੰ ਪਤਾ ਕਿਉਂਕਿ ਬੀਬੀਆਂ ਮੈਨੂੰ ਦੋ ਤਿੰਨ ਵਾਰੀ ਗੁਰਦੁਆਰੇ ਵੀ ਮਿਲਦੀਆਂ ਹੁੰਦੀਆਂ ਮੇਰਾ ਹੌਂਸਲਾ ਵਧਾਉਂਦੀਆਂ ਆ ਕਿ ਪਰਮਿੰਦਰ ਜੀ ਤੇ ਸਾਰੇ ਰਲ ਕੇ ਅਸੀਂ ਬ੍ਰੈਕਫਾਸਟ ਸ਼ੋਅ ਬਹੁਤ ਵਧੀਆ ਕਰਦੀਆਂ ਆ ਸੋ ਮੈਨੂੰ ਪਤਾ ਇਸ ਵੇਲੇ ਉਹ ਦੇਖਦੀਆਂ ਹੋਣੀਆਂ ਆ ਕਿਉਂਕਿ ਅਸੀਂ ਸੋਚਦੇ ਨਾ ਕਿ ਫਰੂਟ ਵੈਜੀਟੇਬਲ 'ਚ ਵਿਟਾਮਿਨ B12 ਹੁੰਦੀ ਆ ਪਰਮਿੰਦਰ ਜੀ ਉੱਚੇ ਹੁੰਦੀ ਨਹੀਂ ਹੈ ਮੈਂ ਰਿਸਰਚ ਵੀ ਪੜ੍ਹਦੀ ਆ ਮੈਂ ਦੇਖਦੀ ਕਈਆਂ ਦੇ ਟੀਕੇ ਵੀ ਲੱਗਦੇ ਆ B12 ਦੇ ਟੀਕੇ ਵੀ ਲੱਗਦੇ ਆ ਕਿਉਂਕਿ ਇਹ ਕਾਫੀ ਲੌਂਗ ਟਰਮ ਡੈਮੇਜ ਵੀ ਕਰ ਸਕਦੀ ਨਰਵ ਡੈਮੇਜ ਤੁਹਾਡੇ ਆਹ ਉਂਗਲੀਆਂ ਸੌਣ ਲੱਗ ਪੈਂਦੀਆਂ ਆ ਤੇ ਕੰਪਲੀਕੇਸ਼ਨਸ ਕਾਫੀ ਆ ਸੋ ਟੋਫੂ ਤੁਸੀਂ ਵੀ ਖਾ ਸਕਦੇ ਆ ਸੋਇਆ ਵੀ ਖਾ ਸਕਦੇ ਪਰ ਆਪਣੇ ਡਾਕਟਰ ਨੂੰ ਤੁਸੀਂ ਸਪਲੀਮੈਂਟ ਵੀ ਲਵਾ ਸਕਦੇ ਆ ਪਹਿਲਾਂ ਜਿਹੜੇ ਨਿੰਦਰ ਸਾਰੀ ਤੁਹਾਨੂੰ ਇੱਕ ਇੱਥੇ ਰੁਕਿਆ ਆ ਤੇ ਕਿਉਂਕਿ ਜਿੱਦਾਂ ਤੁਸੀਂ ਕਹਿੰਦੇ ਆ ਸਪਲੀਮੈਂਟ ਹੀ ਖਾ ਸਕਦੇ ਆ ਕਈ ਵਾਰ ਇਹ ਬਲੱਡ ਟੈਸਟ ਕਰਨ ਤੋਂ ਬਾਅਦ ਖਾਣੇ ਚਾਹੀਦੇ ਕਿ ਤੁਸੀਂ ਆਪਣੇ ਆਪ ਖਾਣੇ ਸ਼ੁਰੂ ਕਰ ਦਿਓ ਨਹੀਂ ਇਹ ਡਾਕਟਰ ਨਾਲ ਸੰਪਰਕ ਜ਼ਰੂਰੀ ਆ ਤਾਂ ਹੀ ਮੈਂ ਤੁਹਾਨੂੰ ਕਹਿਣਾ ਕਿ ਡਾਕਟਰ ਨਾਲ ਰਲ ਕੇ ਤੁਸੀਂ ਕਰਨਾ ਕਿਉਂਕਿ ਪਰਮਿੰਦਰ ਜੀ ਦੈਟਸ ਅ ਰੀਲੀ ਗੁੱਡ ਪੁਆਇੰਟ ਬਿਕਾਜ਼ ਜਿਹੜੇ B12 ਆ ਉਹ ਕਈ ਜਦੋਂ ਅਸੀਂ ਵੈਜੀਟੇਰੀਅਨ ਆ ਜੀ ਉਹ ਕਾਫੀ ਮੀਟ 'ਚ ਮਿਲਦੀ ਮੱਛੀ 'ਚ ਮਿਲਦੀ ਮੈਂ ਤਾਂ ਹੀ ਕਿਹਾ ਟੋਫੂ ਸੋਇਆਬੀਨ ਪ੍ਰੋਟੀਨ ਵਾਲੀਆਂ ਚੀਜ਼ਾਂ 'ਚ ਵੀ ਮਿਲ ਸਕਦੀ ਆ ਪਰ ਜੇ ਤੁਸੀਂ ਸਪਲੀਮੈਂਟ ਲੈਣਾ ਆ ਬਹੁਤ ਜ਼ਰੂਰੀ ਡਾਕਟਰ ਨਾਲ ਸੰਪਰਕ ਕਰਕੇ ਲਿਓ ਇੱਦਾਂ ਨਾ ਲਿਓ ਹਾਂਜੀ ਹਾਂਜੀ ਸੋ ਇਹ ਮੇਰੀ ਹੈਲਥ ਟਿਪ ਸੀ ਤਾਂ ਹੁਣ ਅਸੀਂ ਚੱਲੀਏ ਗੈਸਟ ਕੋਲੋਂ ਹਾਂਜੀ ਗੈਸਟ ਕਰ ਰਹੇ ਆ ਹਾਂਜੀ ਸੋ ਬਲਬੀਰ ਕੈਨ ਯੂ ਜਸਟ ਇੰਟਰੋਡਿਊਸ ਯੋਰਸੈਲਫ ਐਂਡ ਟੈਲ ਮੀ ਵਾਟ ਯੂ ਡੂ ਯੈਸ ਮੇਰਾ ਨਾਮ ਬਲਬੀਰ ਕੌਰ ਹੈ ਐਜ਼ ਯੂ ਮੈਂਸ਼ਨ ਤੇ ਮੈਂ NHS ਲਈ ਕੰਮ ਕਰਦੀ ਹਾਂ ਇੰਟਰਪ੍ਰੀਟਿੰਗ ਦਾ ਟਰਾਂਸਲੇਸ਼ਨ ਜਿਹਦੇ ਵਿੱਚ ਮੈਂ ਕਰਦੀ ਹਾਂ ਕਵਰ ਅਪ ਹਿੰਦੀ ਪੰਜਾਬੀ ਅਤੇ ਉਰਦੂ ਤਿੰਨੇ ਲੈਂਗੁਏਜਸ ਕਵਰ ਕਰਦੀ ਹੈਗੀ ਆ ਅਤੇ ਇਹਦੇ ਨਾਲ ਨਾਲ ਮੈਂ ਕਰਦੀ ਹਾਂ ਰੇਡੀਓ ਸ਼ੋ ਰਾਜ FM ਦੇ ਲਈ ਜੋ ਕਿ ਦੋ ਸ਼ੋਜ਼ ਮੇਰੇ ਹੁੰਦੇ ਨੇ ਅਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਮੈਂ ਆਟਿਜ਼ਮ ਅਵੇਅਰਨੈਸ ਦਾ ਕੋਰਸ ਕਰਦੀ ਹਾਂ ਓਕੇ ਸੋ ਤੁਸੀਂ ਇੰਟਰਪ੍ਰੀਟਰ ਕਿੱਦਾਂ ਬਣੇ NHS 'ਚ Interpreting actually before becoming an interpreter I used to be a family coordinator and family support worker hai gisi main pehle jo ki main 6 to 7 saal tak jehda kita siga o city hospital de vich
ਮੈਂ ਕੰਮ ਕਰਦੀ ਰਹੀ ਹਾਂ 6 ਤੋਂ 7 ਸਾਲ ਤੱਕ ਜਿਹਦੇ ਵਿੱਚ ਅਸੀਂ ਐਜ਼ ਅ ਬਾਈਲਿੰਗੁਅਲ ਆਈ ਯੂਸ ਟੂ ਵਰਕ ਐਜ਼ ਅ ਫੈਮਿਲੀ ਕੋਆਰਡੀਨੇਟਰ ਤੇ ਲੈਂਗੁਏਜ ਵਾਸ ਦ ਮੇਨ ਥਿੰਗ ਟੂ ਟਰਾਂਸਲੇਟ ਵਿਦ ਸਪੈਸ਼ਲੀ ਵਿਦ ਚਿਲਡਰਨ ਵਿਮਨਸ ਤੇ ਉਸ ਤੋਂ ਬਾਅਦ ਫਿਰ ਜਿਹੜੀ ਉਹ ਜੌਬ ਸੀਗੀ ਕਲੋਜ਼ ਡਾਊਨ ਹੋਈਆਂ ਤੇ ਦਾ ਵਾਸ ਦ ਓਪਰਚੁਨਿਟੀ ਫੋਰ ਮੀ ਟੂ ਬਿਕਮ ਇੰਟਰਪ੍ਰੀਟਰ ਸੋ ਇੰਟਰਪ੍ਰੀਟਰ ਵਾਸ ਮਾਈ ਐਕਸਪੀਰੀਅੰਸ ਐਂਡ ਬੇਸਿਕਲੀ ਦ ਨੌਲੇਜ ਆਈ ਗੋਟ ਫਰੋਮ ਮਾਈ ਪ੍ਰੀਵੀਅਸ ਐਕਸਪੀਰੀਅੰਸ ਉਹਦੇ ਨਾਲ ਮੈਨੂੰ ਮਿਲੀ ਓਕੇ ਫਿਰ ਤੁਹਾਨੂੰ ਕਿਹੜੇ ਸਕਿੱਲਸ ਚਾਹੀਦੇ ਆ ਟੂ ਬਿਕਮ ਐਨ ਇੰਟਰਪ੍ਰੀਟਰ ਕੋਈ ਸਕਿੱਲਸ ਵੀ ਚਾਹੀਦਾ ਆ ਯਾ ਇੰਟਰਪ੍ਰੀਟਰ ਲਈ ਕਾਫੀ ਸਕਿੱਲਸ ਚਾਹੀਦੇ ਆ ਐਨੀ ਜੌਬ ਦੇ ਵਿੱਚ ਹੁੰਦਾ ਕਿ ਤੁਹਾਨੂੰ ਸਕਿੱਲਸ ਜਿਹੜੀ ਆ ਕਮਿਊਨੀਕੇਸ਼ਨ ਸਕਿੱਲ ਇਜ਼ ਦ ਮੇਨ ਜਿਹਦੇ ਵਿੱਚ ਕਮਿਊਨੀਕੇਸ਼ਨ ਤੁਹਾਡੀ ਜਿਹੜੀ ਹੈ ਐਕਸੀਲੈਂਟ ਹੋਣੀ ਚਾਹੀਦੀ ਆ ਉਹਦੇ ਨਾਲ ਨਾਲ ਇਹ ਹੈਗਾ ਕਿ ਤੁਹਾਨੂੰ ਮੈਮਰੀ ਤੁਹਾਡੀ ਗੁੱਡ ਹੋਣੀ ਚਾਹੀਦੀ ਹੈ ਬਿਕੋਜ਼ ਯੂ ਹੈਵ ਟੂ ਰਿਮੈਂਬਰ ਲੋਟ ਆਫ ਥਿੰਗਸ ਜਦੋਂ ਤੁਸੀਂ ਡਾਕਟਰਸ ਨਰਸਿਸ ਦੇ ਨਾਲ ਗੱਲਬਾਤ ਕਰਦੇ ਹੋ ਇਫ ਦੇਰ ਇਜ਼ ਅ ਮੀਟਿੰਗ ਯੂ ਹੈਵ ਟੂ ਰਿਮੈਂਬਰ ਆਲ ਦੋਸ ਥਿੰਗਸ ਅਤੇ ਉਹਦੇ ਨਾਲ ਨਾਲ ਹੋਰ ਜਿਹੜੀ ਸਕਿੱਲਸ ਹੈਗੀ ਆ ਪਲੈਨਿੰਗ ਤੁਹਾਡੀ ਹੋਣੀ ਚਾਹੀਦੀ ਹੈ ਗੁੱਡ ਵੈਨ ਯੂ ਟੋਕਿੰਗ ਯੂ ਹੈਵ ਟੂ ਜੋਟ ਡਾਊਨ ਇਨ ਯੋਰ ਮੈਮਰੀ ਕੀ ਗੱਲਾਂ ਮੈਨੂੰ ਕਹੀਆਂ ਗਈਆਂ ਜੋ ਮੈਂ ਤੁਹਾਨੂੰ ਦੁਬਾਰਾ ਦੱਸਣੀਆਂ ਹੈ ਜਿਹੜੀ ਮੀਟਿੰਗਸ ਹੁੰਦੀ ਆ ਉਹਦੇ ਵਿੱਚ ਸਾਡੇ ਕਾਫੀ ਕਹਿ ਲਓ 6 ਤੋਂ 7 ਮੈਂਬਰਸ ਹੁੰਦੇ ਨੇ ਜਦੋਂ ਕੇਅਰ ਪਲਾਨ ਮੀਟਿੰਗ ਕੀਤੀ ਜਾਂਦੀ ਹੈ ਅਤੇ ਉਹਦੇ ਵਿੱਚ ਕੰਸਲਟੈਂਟ ਹੁੰਦੇ ਆ ਨਰਸਿਸ ਹੁੰਦੀ ਹੈ ਓਟੀਜ਼ ਹੁੰਦੇ ਨੇ ਸਪੀਚ ਥੈਰੇਪੀਜ਼ ਹੁੰਦੀ ਹੈ ਸੋ ਕਿਹਦੇ ਨਾਲ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਅਤੇ ਨਾਲ ਨਾਲ ਫੈਮਿਲੀ ਮੈਂਬਰਸ ਵੀ ਹੁੰਦੇ ਨੇ ਅਤੇ ਉਹ ਸਾਰਿਆਂ ਨੂੰ ਧਿਆਨ ਰੱਖਦੇ ਹੋਏ ਵੀ ਹੈਵ ਟੂ ਮੈਂਬਰਾਈਜ਼ ਐਂਡ ਪਲੈਨਿੰਗ ਹੈਸ ਟੂ ਬੀ ਗੁੱਡ ਲਿਸਨਿੰਗ ਸਕਿੱਲ ਡੈਫੀਨੇਟਲੀ ਹੈਸ ਟੂ ਬੀ ਗੁੱਡ ਕਿ ਤੁਹਾਨੂੰ ਯਾਦ ਰਹੇ ਕਿ ਕੀ ਲਿਸਨ ਕਰ ਰਹੇ ਹੋ ਉਹਦੇ ਬਾਰੇ ਤੁਸੀਂ ਕਿਸ ਤਰੀਕੇ ਦੇ ਨਾਲ ਪੇਸ਼ੈਂਟ ਦੇ ਨਾਲ ਅਤੇ ਉਹਦੇ ਫੈਮਿਲੀ ਮੈਂਬਰਸ ਦੇ ਨਾਲ ਜਾਂ ਜਿਹੜੇ ਕੰਸਲਟੈਂਟਸ ਸਪੈਸ਼ਲਾਈਜ਼ਡ ਏਰੀਆ ਦੇ ਵਿੱਚ ਨੇ ਉਹਦੇ ਨਾਲ ਕਿਸ ਤਰੀਕੇ ਦੇ ਨਾਲ ਗੱਲ ਕਰਨੀ ਹੈ ਅਤੇ ਜਿੱਦਾਂ ਹੁਣ ਅਸੀਂ ਐਨ ਐਚ ਐਸ 'ਚ ਕੰਮ ਕਰਦੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਫੈਮਿਲੀ ਮੈਂਬਰ ਹੁੰਦਾ ਜਿੱਦਾਂ ਹੁਣ ਮੈਂ ਮੇਰੀ ਮੰਮੀ ਨਾਲ ਕਈ ਵਾਰੀ ਅਪੋਇੰਟਮੈਂਟ ਦਿੱਤੀ ਜਾ ਜਾਂਦੀ ਮੈਨੂੰ ਯੂਜ਼ ਕਰ ਲੈਂਦੇ ਇੰਟਰਪ੍ਰੀਟਿਵ ਵਾਸਤੇ ਕਿਉਂਕਿ ਉਹਨਾਂ ਨੂੰ ਸ਼ਾਇਦ ਪਤਾ ਮੈਂ ਵੀ ਐਨ ਐਚ ਐਸ 'ਚ ਕੰਮ ਕਰਦੀ ਪਰ ਮੈਂ ਵੀ ਇਹ ਦੇਖਿਆ ਆ ਕਿ ਜਦੋਂ ਫੈਮਿਲੀ ਮੈਂਬਰ ਹੁੰਦਾ ਆ ਹਾਂਜੀ ਕਿਉਂਕਿ ਬੀਬੀਆਂ ਦੇਖਦੇ ਹੋਣੇ ਆ ਸੋਚਦੇ ਹੋਣੇ ਕਿ ਅਸੀਂ ਫੈਮਿਲੀ ਮੈਂਬਰ ਵੀ ਲੈ ਆਉਂਦੇ ਆ ਪਰ ਅੱਜ ਕੱਲ੍ਹ ਬੱਚੇ ਕੰਮ ਤੇ ਜਾਂਦੇ ਆ ਸੋ ਫੈਮਿਲੀ ਮੈਂਬਰ ਕਿਉਂ ਨਹੀਂ ਉਹ ਯੂਜ਼ ਕਰ ਸਕਦੇ ਤੁਸੀਂ ਮਾਰਜਾ ਸਾਡੀਆਂ ਹਾਂਜੀ ਹਾਂਜੀ ਦੱਸੋ ਇਹ ਹੈਗਾ ਕਿ ਫੈਮਿਲੀ ਮੈਂਬਰ ਕਈ ਪਲੇਸਿਸ ਤੇ ਯੂਜ਼ ਕਰ ਸਕਦੇ ਹੋ ਫਿਜ਼ੀਓਥੈਰੇਪੀ ਕਈ ਵਾਰੀ ਆਪ ਕਹਿੰਦੇ ਕਿ ਅਗਰ ਤੁਹਾਡੇ ਕੋਲ ਕੋਈ ਫੈਮਿਲੀ ਮੈਂਬਰਸ ਹੈ ਤਾਂ ਤੁਸੀਂ ਲਿਆ ਸਕਦੇ ਹੋ ਪਰ ਸਰਟਨ ਜਿਹੜੀ ਲੀਗਲ ਲੈਜੀਲੇਸ਼ਨਸ ਜਿਹੜੀ ਹੈਗੀ ਹੈ ਐਨ ਐਚ ਐਸ ਦੀ ਉਸ ਦੇ ਹਿਸਾਬ ਦੇ ਨਾਲ ਐਜ਼ ਅ ਲੋ ਇਫ ਵੀ ਗੋ ਥਰੂ ਉਹਦੇ ਵਿੱਚ ਹੈਗਾ ਕਿ ਇੰਟਰਪ੍ਰੀਟਰਸ ਦੀ ਲੋੜ ਬਹੁਤ ਜ਼ਿਆਦਾ ਪੈਂਦੀ ਹੈ ਸਪੈਸ਼ਲੀ ਜੇਕਰ ਤੁਸੀਂ ਕੰਸੈਂਟ ਫੋਰਮ ਸਾਈਨ ਕਰਨੇ ਹੈਗੇ ਹੈ ਕੋਈ ਤੁਹਾਡਾ ਓਪਰੇਸ਼ਨ ਹੋਣਾ ਉਹਦੇ ਦੌਰਾਨ ਤੁਹਾਨੂੰ ਇੰਟਰਪ੍ਰੀਟਿੰਗ ਦੀ ਲੋੜ ਡੈਫੀਨੇਟਲੀ ਪੈਂਦੀ ਹੈਗੀ ਹੈ ਕਿਉਂਕਿ ਯੂ ਆਰ ਸਾਈਨਿੰਗ ਐਂਡ ਪੇਸ਼ੈਂਟ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨੂੰ ਕਿਸ ਚੀਜ਼ ਲਈ ਉਹ ਸਾਈਨ ਕਰ ਰਿਹਾ ਹੈਗਾ ਸੋ ਇਟਸ ਅ ਲੀਗਲ ਡਾਕੂਮੈਂਟ ਉਹਦੇ ਵਾਸਤੇ ਤਾਂ ਡੈਫੀਨੇਟਲੀ ਲੋੜ ਪੈਂਦੀ ਹੈ ਅਤੇ ਕਈ ਕੇਸਿਸ ਦੇਖਣ 'ਚ ਆਇਆ ਕਿ ਜਿੱਥੇ ਕਿ ਮਿਸਲੀਡ ਹੁੰਦੀ ਹੈ ਟਰਾਂਸਲੇਸ਼ਨ ਅਤੇ ਉਹਦੇ ਵਿੱਚ ਹੁੰਦਾ ਕਿ ਇਨਫੋਰਮੇਸ਼ਨ ਜਿਹੜੀ ਇੱਕ ਦੂਸਰੇ ਨੂੰ ਦਿੱਤੀ ਜਾਂਦੀ ਹੈ ਉਹ ਕਈ ਵਾਰੀ ਸਹੀ ਤਰੀਕੇ ਦੇ ਨਾਲ ਨਹੀਂ ਦਿੱਤੀ ਜਾਂਦੀ ਹਾਂਜੀ ਜਿਹੜੇ ਘਰ ਦੇ ਮੈਂਬਰ ਹੁੰਦੇ ਆ ਮਤਲਬ ਉਹਦੇ ਇਸ ਕਰਕੇ ਐਂਡ ਕਈ ਵਾਰੀ ਜਿਹੜੇ ਪੇਸ਼ੈਂਟ ਹੁੰਦੇ ਆ ਉਹ ਕਹਿੰਦੇ ਕਿ ਫੈਮਿਲੀ ਮੈਂਬਰ ਨੇ ਕਿਹਾ ਇਟਸ ਆਲਰਾਈਟ ਵੀ ਡੋਨਟ ਹੈਵ ਟੂ ਟੇਕ ਇਟ ਸੀਰੀਅਸਲੀ ਸੋ ਦੋਵੇਂ ਪਾਸੇ ਕੰਮ ਹੁੰਦਾ ਕਿ ਪੇਸ਼ੈਂਟ ਦੇ ਵਿਊ ਪੁਆਇੰਟ ਦੇ ਨਾਲ ਵੀ ਅਤੇ ਜਿਹੜੇ ਫੈਮਿਲੀ ਮੈਂਬਰ ਹੈ ਹੋਰ ਕਈ ਵਾਰੀ ਹੁੰਦਾ ਕਿ ਕਈ ਚੀਜ਼ਾਂ ਅਸੀਂ ਆਪਣੇ ਫੈਮਿਲੀ ਮੈਂਬਰ ਨੂੰ ਦੱਸਣਾ ਨਹੀਂ ਚਾਹੁੰਦੇ ਜਿੱਦਾਂ ਕਿ ਸਰਟਨ ਕੇਸਿਸ 'ਤੇ ਮੇਨਲੀ ਕੈਂਸਰ ਹੋ ਜਾਏ ਜਾਂ ਕੁਛ ਇੱਦਾਂ ਜਿਹੜੀ ਚੀਜ਼ਾਂ ਨੇ ਜਿਹੜੀਆਂ ਅਸੀਂ ਡਿਸਕਸ ਨਹੀਂ ਕਰਨਾ ਚਾਹੁੰਦੇ ਫੈਮਿਲੀ ਦੇ ਵਿੱਚ ਅਤੇ ਉਹ ਸਾਨੂੰ ਫਿਰ ਤਾਂ ਬੁਲਾਇਆ ਜਾਂਦਾ ਹੈ ਜੇਕਰ ਡਾਕਟਰ ਨੂੰ ਥੋੜ੍ਹਾ ਹੋਏ ਵੀ ਫੈਮਿਲੀ ਮੈਂਬਰਸ ਨਹੀਂ ਦੱਸ ਰਹੇ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਯੂ ਨੋ ਦੇਰ ਇਜ਼ ਅ ਨੀਡ ਆਫ ਇੰਟਰਪ੍ਰੀਟਰ ਜਾਂ ਉਹਨਾਂ ਨੂੰ ਲੱਗਦਾ ਵੀ ਕਮਿਊਨੀਕੇਸ਼ਨ ਦੇਰ ਇਜ਼ ਅ ਸਮ ਕਾਇੰਡ ਆਫ ਬੈਰੀਅਰ ਅਤੇ ਉਹਦੇ ਵਿੱਚ ਫਿਰ ਇੰਟਰਪ੍ਰੀਟਿੰਗ ਦੀ ਲੋੜ ਪੈਂਦੀ ਹੈ ਬਟ ਐਜ਼ ਅ ਪੋਲਿਸੀ ਐਂਡ ਪ੍ਰੋਸੀਜਰ ਦੇ ਮੁਤਾਬਕ ਐਨ ਐਚ ਐਸ ਦੇ ਵਿੱਚ ਇੰਟਰਪ੍ਰੀਟਰ ਹੈਸ ਟੂ ਬੀ ਪ੍ਰੈਜੈਂਟ ਅਗਰ ਤੁਹਾਡੀ ਲੈਂਗੁਏਜ ਜਿਹੜੀ ਸੈਕਿੰਡ ਲੈਂਗੁਏਜ ਹੈਗੀ ਆ ਮੈਂ ਤੁਹਾਨੂੰ ਇੱਕ ਪਰਸਨਲ ਸਵਾਲ ਕਿਉਂਕਿ ਇੱਕ ਮਾਤਾ ਜੀ ਮੈਨੂੰ ਪਿਛਲੇ ਹਫ਼ਤੇ ਮਿਲੇ ਸੀ ਹਾਂਜੀ ਅਤੇ ਉਹਨਾਂ ਨੇ ਮੈਨੂੰ ਗੁਰਦੁਆਰੇ ਮਿਲੇ ਸੀ ਅਤੇ ਉਹਨਾਂ ਨੇ ਮੈਨੂੰ ਇੱਕ ਸਵਾਲ ਪੁੱਛਿਆ ਸੀ ਉਹਨਾਂ ਨੂੰ ਪਤਾ ਸੀ ਹਸਪਤਾਲ ਮੈਨੂੰ ਉਮੀਦ ਹੋਊਗੀ ਕਿ ਉਹ ਇਸ ਵੇਲੇ ਬ੍ਰੈਕਫਾਸਟ ਸ਼ੋਅ ਦੇਖਦੇ ਹੋਊਗੇ ਮਾਤਾ ਜੀ ਤਾਂ ਮੈਨੂੰ ਇੱਕ ਸਵਾਲ ਕੀਤਾ ਤਾਂ ਮੈਂ ਸੋਚਿਆ ਮੈਂ ਤੁਹਾਨੂੰ ਇਹ ਸਵਾਲ ਪੁੱਛੂੰ ਤਾਂ ਹੀ ਤੁਹਾਨੂੰ ਇੱਥੇ ਲਿਆਂਦਾ ਉਹ ਕਹਿੰਦੇ ਆ ਕਿ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਹਸਬੈਂਡ ਦੇ ਕੈਰੇਜ ਲੁੱਕ ਆਫਟਰ ਕਰਦੇ ਆ ਹਾਂਜੀ ਪਰ ਉਹ ਕੈਰੇਜ ਹੈਗੇ ਗੋਰੇ ਹਾਂਜੀ ਤੇ ਉਹ ਕਹਿੰਦੇ ਪੰਜਾਬੀ ਕੋਈ ਹੈ ਨੀਗਾ ਸੋ ਇਹਦਾ ਕਿਉਂਕਿ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਘਰ 'ਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਕੋਈ ਸਲੂਸ਼ਨ ਇਸ ਵੇਲੇ ਜੋ ਦੇਖਦੇ ਉਹਨਾਂ ਨੂੰ ਕੋਈ ਸਲੂਸ਼ਨ ਦੇ ਸਕਦੇ ਆ ਮੈਂ ਤਾਂ ਦਿੱਤਾ ਸੀ ਪਰ ਤੁਸੀਂ ਓਬਵੀਅਸਲੀ ਹਾਂਜੀ ਪ੍ਰੋਫੈਸ਼ਨਲਿਜ਼ਮ 'ਚ ਤੁਸੀਂ ਵੀ ਦਿਓ ਆਪਣਾ ਇਹ ਹੈਗਾ ਕਿ ਜਦੋਂ ਉਹਨਾਂ ਦਾ ਕੇਅਰ ਪਲਾਨ ਹੁੰਦਾ ਕਿਉਂਕਿ ਐਜ਼ ਅ ਕੇਅਰ ਵਰਕਰ ਬਹੁਤ ਡਿਮਾਂਡ ਹੈਗੀ ਹੈ ਐਂਡ ਸਾਡੇ ਕੇਅਰ ਵਰਕਰ ਕਈ ਪੰਜਾਬੀ ਹੈ ਨੀਗੇ ਜਿਹਦੇ ਕਰਕੇ ਕਿ ਓਬਵੀਅਸਲੀ ਜਿਹੜਾ ਕਿ
everybody wants ki jehdi unna di language koi bol sakda hai oh aake unna de liye caring karan but it's not always the case but I will say ki jadon vi tada koi care plan hunda ya social services jehde social worker ne ya jehdi special nurse unna layi look after kardi hai te oh unna nu dasde ne vi mainu aida care jehde workers aunde ne mainu punjabi chahide hai te they can shortlist her. Yeah. But it will take time, as we know, hai na? Mm-hmm. Kyunki everybody need an urgency of care workers today Punjabi bolde hege hai. Mm-hmm. So my suggestion will be ki agar onanu social services de through jede onanu care provide karde ne, mm-hmm. onanu agar mention karen te, that will be easily done. Care plan de vich lakhwa den. Haan ji. Kyunki waiting list hundi ya phir waiting list de naal naal. Haan ji. Yeah, phir jadon next time vich jadon care workers change karde hai, phir o try karde ki ohio employee hon jede. Ki unna di language bolde hain. Sometimes thoda time lagda but it does make a difference later. Te tusi pehlo zikr kita si ke tusi autism da course kita si oh tuhade vaste tusi kyu kita si te tuhanu kidda mehsoos hoya karke autism actually main always karna chahundi si ki because my son suffer with autism he has autism te mainu always desire si ki main understand kara ki ohde dimag de vich ki chalda hai how he think his world is different so I wanted to go in his world bhi ohda world kis tarike de naal hai te jadon main interpreting kardi si one of the consultant he thought I was quite good dealing with special needs children and with autism he always encouraged me to do it and but timing di wajah de naal you have a lot of commitment to do so oh fir main thode arse baad start kita and I'm proud that I did that ohde naal mainu kafi understanding mili ki jehde hege autism de naal kidda deal karda hai mental health de bare pata lag gaya learning disability de bare is course nu karan to baad mainu pata lag gaya te naale naale eh vi pata lag gaya ki sade asian community de vich bahut zyada lack of understanding hegi hai jide vich mental health is main one learning disability and mental health nu ikko nazariye de naal dekhya janda hai autism da is only 1% asian people know about autism so ohde karke kafi knowledge mili te ਗਾ ਮੇਰਾ ਵੀ ਇਹੋ ਪਲਾਨ ਹੈ ਕਿ ਦੇਖਾ ਕੁਛ ਨਾ ਕੁਛ ਅਵੇਅਰਨੈਸ ਆਪਣੇ ਵੱਲੋਂ ਆਪਣੀ ਏਸ਼ੀਅਨ ਕਮਿਊਨਿਟੀ ਨੂੰ ਆਟਿਜ਼ਮ ਦੇ ਬਾਰੇ ਦਾ ਸੋ ਬਲਬੀਰ ਜੀ ਤੁਸੀਂ ਇਸ ਵੇਲੇ ਓਬਵੀਅਸਲੀ ਸੀਖ ਚੈਨਲ ਵਰਲਡ ਵਾਈਡ ਚੈਨਲ ਆ ਸਾਡੇ ਬਜ਼ੁਰਗ ਦੇਖਦੇ ਹੋਣੇ ਆ ਤੁਸੀਂ 2-3 ਮਿੰਟਾਂ 'ਚ ਤੁਸੀਂ ਦੱਸ ਸਕਦੇ ਪੰਜਾਬੀ 'ਚ ਕਿ ਆਟਿਜ਼ਮ ਕੀ ਆ autism jehda hega main it's like a umbrella jinu assi kehnde chhatri di tarah ede vich sensory disorders jehde ki sade sunan di shakti hundi hai mehsoos karan di hundi hai touch jinu assi kehnde feel karan di hundi hai akhan de dekhan da nazariya sensitivity taste da jehda hunda hai te communication jehde barriers hunde ne unna nu communication karan de vich problem hundi hai thodi ji they can communicate assi sochde ha bsc jekar bolde ha te that's the only way to communicate but there is and you can write you can express by your body language there is different things which you can express through te ode naal naal socialization jehdi hegi hai main issue hai teen cheeza jehdi hegi hai communication te socialization and ona the ability to feel other people is quite different than us but the thing is that ona the world jehda sade naal no different hunda and that doesn't mean ki ona no disability hai we are disabled actually compared to they are special Punjabi ch koi lovs hega autism vaste there isn't kai disorder hege hai like when we see you know jehde vi apne medical terms de vich only use as a english or greek the language jehde hege o use karde hege but for autism there isn't as other mental health jidda keh lo bhi 100 to over mental health disorders hege jinna da koi dictionary ch word nahi hai so english vich english vich hi hega kyunki inna ne bahut vadhiya jankari da ditti aa ke apan nu jede jidda tusi kehke ke mental health de vich ta kafi hun apne lokan nu pata lag reha aa kyunki kafi awareness hai gaya autism de vich nahi hegi te tusi jehda narinder ji tusi inna to puchhe hi rahe aa jo kuch vi puchna kyunki main ta dohrana nahi chahundi kyunki eh bahut vadhiya aa kyunki ajj ik thode jehe alag jehda ਆਪਾਂ ਬੱਚੇ ਸਾਡੇ ਜਿਸ ਬਿਮਾਰੀ ਦੇ ਨਾਲ ਝੂਲਦੇ ਹੈਗੇ ਆ ਉਹਦੇ ਬਾਰੇ ਵਿੱਚ ਵੀ ਪਤਾ ਚੱਲਿਆ ਕਿਉਂਕਿ ਕਾਫੀ ਲੋਕ ਅੱਗੇ ਨਹੀਂ ਆਉਂਦੇ ਪੁੱਛਦੇ ਨਹੀਂ ਹੈਗੇ ਕਾਫੀ ਵਾਰ ਆਪਣੇ ਬੱਚਿਆਂ ਦਾ ਵੀ ਦੱਸਣਾ ਨਹੀਂ ਚਾਹੁੰਦੇ ਕਿੰਨਾ ਕੁ ਜ਼ਰੂਰੀ ਹੈਗਾ ਆ ਜਿੱਦਾਂ ਕਿ ਨਰਿੰਦਰ ਜੀ ਸੌਰੀ ਕਿ ਮੈਂ ਵੀ ਇੱਕ ਮੈਂ ਕਿਹਾ ਵੀ ਕਿ ਜਿਹੜੇ ਬਿਮਾਰੀ ਕੋਈ ਵੀ ਹੋਵੇ ਬੱਚੇ ਨੂੰ
ਅੱਗੇ ਜਿਹੜੇ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਲੈ ਕੇ ਮਤਲਬ ਅੱਗੇ ਲੈ ਕੇ ਆਵੋ ਆਪਣੇ ਜੀਪੀ ਕੋਲ ਕਿੰਨਾ ਕੁ ਜ਼ਰੂਰੀ ਆ ਆਈ ਥਿੰਕ ਜਿੱਦਾਂ ਕਿ ਆਟਿਜ਼ਮ ਦੇ ਬਾਰੇ ਥੋੜੀ ਲੇਟ ਪਤਾ ਲੱਗਦਾ ਹੈ ਕਿਉਂਕਿ ਉਹਦਾ ਪ੍ਰੋਸੈਸ ਹੁੰਦਾ ਹੈ ਕਿਉਂਕਿ ਉਹ ਕਾਫੀ ਚੀਜ਼ਾਂ ਦੇ ਨਾਲ ਇੰਕਲੂਡ ਹੁੰਦਾ ਹੈ ਕਿਉਂਕਿ ਉਹਦੇ ਚ ਸੈਂਸਰੀ ਵੀ ਹੁੰਦੀ ਹੈ ਸੋ ਜਦੋਂ ਬੱਚੇ ਨੂੰ ਸਪੀਚ ਦੀ ਕੋਈ ਪ੍ਰੋਬਲਮ ਹੁੰਦੀ ਹੈ ਮੈਂ ਆਪਣੇ ਕੇਸ ਚ ਦੱਸਦੀ ਹਾਂ ਜਿੱਦਾਂ ਕਿ ਸਪੀਚ ਦੀ ਪ੍ਰੋਬਲਮ ਕਰਕੇ ਮੈਂ ਕਨਸਰਨ ਸੀ ਕਿਉਂਕਿ ਮੈਂ ਨਰਸਰੀ ਨਰਸ ਬਾਇਲਿੰਗਲ ਸੀਗੀ ਥੋੜੀ ਬਹੁਤ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਸੀ ਕਿ ਸਟੇਜਿਸ ਆਫ ਜਿਹੜੀ ਹੈਲਥ ਦੀ ਕੀ ਹੋਣੀਆਂ ਚਾਹੀਦੀਆਂ ਤੇ ਨਾਲੇ ਐਚ ਐਨ ਟੀ ਕਰਨ ਤੋਂ ਬਾਅਦ ਅਰਲੀ ਈਅਰਸ ਆਫ ਐਜੂਕੇਸ਼ਨ ਦਾ ਮੈਨੂੰ ਥੋੜ੍ਹਾ ਜਿਹਾ ਪਤਾ ਸੀਗਾ ਵੀ ਇਹ ਚੀਜ਼ਾਂ ਬੱਚੇ 'ਚ ਦੇਖਣੀਆਂ ਚਾਹੀਦੀਆਂ ਪਰ ਜੇਕਰ ਤੁਹਾਡੇ ਕੋਲ ਨੌਲੇਜ ਨਾ ਵੀ ਹੋਏ ਤੁਸੀਂ ਦੂਸਰੇ ਬੱਚਿਆਂ ਨਾਲ ਆਪਣੇ ਬੱਚੇ ਨੂੰ ਕੰਪੇਅਰ ਕਰ ਸਕਦੇ ਹੋ ਜਦੋਂ ਤੁਹਾਨੂੰ ਕੁਛ ਲੱਗਦਾ ਵੀ ਇਟ ਸ਼ੁਡਨਟ ਬੀ ਦੇ ਤੇ ਤੁਸੀਂ ਉਹਦੇ ਵਿੱਚ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਤੇ ਗਾਂ ਉਹਦੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਲੈਣੀ ਚਾਹੀਦੀ ਹੈਗੀ ਆ Okay, we're going to wrap up now because we've all got to get into work, as we know. Oh, yes. So, have you got koi sneha hega? Ja koi is vela sundaya? Koi sneha tusi dena chahunde kuch? Well, mainu tusi bulaya ede liye tuhada bahut-bahut dhanwad ki Sikh team da tuhada Narinder ji tuhada vi bahut-bahut dhanwad. Tusi mainu is kaabil samjhiya ki I can give some information to sade jehde listeners ne. Mera message ahi hoega ki tan man tan jidda sanu dassiya janda sade gurua vallon jekar assi kisi vi tarike de naal tan de naal seva kar sakde ਮਨ ਦੇ ਨਾਲ ਕਰ ਸਕਦੇ ਹਾਂ ਤਾਂ ਸਾਨੂੰ ਆਪਣੀ ਕਮਿਊਨਿਟੀ ਲਈ ਜ਼ਰੂਰ ਕਰਨੀ ਚਾਹੀਦੀ ਹਾਂਜੀ ਜਿੱਦਾਂ ਕਿ ਨਰਿੰਦਰ ਜੀ ਬਹੁਤ ਵਧੀਆ ਮੈਸੇਜ ਸਾਡੇ ਦਰਸ਼ਕਾਂ ਨੂੰ ਬਲਵੀਰ ਜੀ ਨੇ ਦਿੱਤਾ ਅਤੇ ਉਮੀਦ ਕਰਦੇ ਹਾਂ ਕਿ ਜੋ ਬਲਵੀਰ ਜੀ ਨੇ ਅੱਜ ਇੱਕ ਬਹੁਤ ਅਲੱਗ ਜਿਹੜੀ ਕਿ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਸੀਂ ਵੀ ਉਹਦੇ 'ਤੇ ਜ਼ਰੂਰ ਅਮਲ ਕਰੋਗੇ ਕਿਉਂਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਜਦੋਂ ਬੱਚੇ ਦੇ ਨੂੰ ਕੋਈ ਅਲੱਗ ਬਿਮਾਰੀ ਆਟੋਮੈਟਿਜ਼ਮ ਜਿਹੜਾ ਤੁਸੀਂ ਦੱਸਿਆ ਉਹ ਹੋਊਗੀ ਅਤੇ ਆਪਣਾ ਕੰਪੇਅਰ ਕਰੋ ਦੂਸਰੇ ਬੱਚਿਆਂ ਦੇ ਨਾਲ ਕਈ ਵਾਰੀ ਅਸੀਂ ਕਹਿੰਦੇ ਕਿ ਬੋਲਦਾ ਨਹੀਂ ਤਾਂ ਨਹੀਂ ਜੀ ਕੋਈ ਨਹੀਂ ਬੋਲਣ ਲੱਗ ਪਊਗਾ ਕਈ ਵਾਰੀ ਬਜ਼ੁਰਗ ਹੁੰਦੇ ਆ ਉਹ ਇਹੀ ਕਹਿੰਦੇ ਰਹਿੰਦੇ ਆ ਨਹੀਂ ਕੋਈ ਗੱਲ ਨਹੀਂ ਠੀਕ ਆ ਮਤਲਬ ਇਹ ਜ਼ਰੂਰ ਤੁਸੀਂ ਜਿੰਨੀ ਜਲਦੀ ਹੋ ਸਕੇ ਡਾਕਟਰ ਦੇ ਕੋਲ ਲੈ ਕੇ ਜਾਓ ਕਿਉਂਕਿ ਇੱਥੇ ਬਿਮਾਰੀਆਂ ਨੂੰ ਜਿੰਨੀ ਜਲਦੀ ਫੜਿਆ ਜਾਵੇ ਉਨੀ ਜਲਦੀ ਉਹਨਾਂ ਦਾ ਇਲਾਜ ਹੋ ਜਾਂਦਾ ਅਤੇ ਬਲਵੀਰ ਜੀ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਆਪਣਾ ਕੀਮਤੀ ਸਮਾਂ ਕੱਢ ਕੇ ਅਤੇ ਸਾਨੂੰ ਜਾਣਕਾਰੀ ਦਿੱਤੀ ਆ ਨਰਿੰਦਰ ਜੀ ਹਾਂਜੀ ਤੁਸੀਂ ਉਹਨਾਂ ਨੂੰ ਲੱਭ ਕੇ ਲਿਆਂਦਾ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਜਿਹੜੇ ਬਜ਼ੁਰਗ ਸਾਡੇ ਨਾਲ ਜੁੜੇ ਹੁੰਦੇ ਆ ਕਿ ਹਮੇਸ਼ਾ ਸਾਨੂੰ ਮਿਲਦੇ ਆ ਸਾਡਾ ਪ੍ਰੋਗਰਾਮ ਦੇਖਦੇ ਆ ਸਾਨੂੰ ਸਪੋਰਟ ਕਰਦੇ ਆ ਉਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਜਿੱਥੇ ਵੀ ਜਾਂਦੇ ਆ ਉਹ ਸਿੱਖ ਚੈਨਲ ਨੂੰ ਸਲਾਹਦੇ ਆ ਸਿੱਖ ਚੈਨਲ ਇੱਕ ਅਜਿਹੋ ਜਿਹਾ ਚੈਨਲ ਹੈਗਾ ਜਿਹਨੇ ਕਿ 10 ਵਰੇ ਜਿਹੜੇ ਖਤਮ ਹੋ ਗਏ ਆ ਮਤਲਬ ਹੋ ਜਾਣੇ ਆ 30 ਤਰੀਕ ਨੂੰ 31 ਤਰੀਕ ਨੂੰ ਐਂਡ ਆਫ ਦਿਸ ਈਅਰ 10 ਵਰੇ ਉਹਨਾਂ ਨੇ ਪੂਰੇ ਕਰ ਲਏ ਅਤੇ 11ਵੇਂ ਵਰੇ ਦੇ ਵਿੱਚ ਅਸੀਂ ਪ੍ਰਵੇਸ਼ ਹੋਣਾ ਉਹ ਕਿੱਦਾਂ ਹੋਣਾ ਉਹ ਤੁਹਾਡੇ ਸਹਿਯੋਗ ਦੇ ਨਾਲ ਹੋਣਾ ਤੁਹਾਡਾ ਸਹਿਯੋਗ ਜਿਹੜਾ ਤੁਸੀਂ ਆਪਣਾ ਦਸਵੰਧ ਕੱਢੋ ਸਾਡੇ ਨਾਲ ਜੁੜੋ ਸਾਡੇ ਜਿਹੜੇ ਅਸੀਂ ਆਪਣੇ ਜਿਹੜੇ ਏਕਤਾ ਸਹਿਜ ਪਾਠ ਜਿਹੜੇ ਆਰੰਭ ਹੋ ਰਹੇ ਆ 6 ਜਨਵਰੀ ਨੂੰ ਜਿੱਦਾਂ ਕਿ ਤੁਹਾਨੂੰ ਅਸੀਂ ਦੱਸਿਆ ਸੀ ਕਿ ਉਹੀ ਟਾਈਮ ਹੈਗਾ ਆ ਉਹ ਤੁਹਾਨੂੰ ਖੁਸ਼ੀ ਦੀ ਗੱਲ ਹੋਊਗੀ ਕਿ ਉਸੇ ਟਾਈਮ 'ਤੇ ਉਹ ਸ਼ੁਰੂ ਹੋ ਰਹੇ ਆ ਅਤੇ ਨਾਲ ਨਾਲ ਜਿਹੜੇ ਸਾਡੇ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮ ਹੋ ਰਹੇ ਆ ਉਹਨਾਂ ਵਿੱਚ ਵੀ ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਵੋ ਅਤੇ ਵੱਧ ਚੜ੍ਹ ਕੇ ਉੱਥੇ ਜਾ ਕੇ ਸੰਗਤ ਦੇ ਨਾਲ ਬੈਠੋ ਸੰਗੀਤ ਢਾਡੀ ਜਥਾ 'ਤੇ ਕਰੋ ਅਤੇ ਹੁਣ ਸਾਡਾ ਟਾਈਮ ਹੋ ਗਿਆ ਜੀ ਤੁਹਾਡੇ ਤੋਂ ਵਿਦਾ ਲੈਣ ਦਾ ਪ੍ਰੋਗਰਾਮ ਕਰਦੇ ਜੇ ਕੋਈ ਗਲਤੀ ਹੋਵੇ ਤਾਂ ਸਾਨੂੰ ਸਾਰਿਆਂ ਨੂੰ ਮਾਫ਼ ਕਰਨਾ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਾਡਾ ਸਾਥ ਜ਼ਰੂਰ ਦੇਣਾ ਅਤੇ ਹੁਣ ਫਤਿਹ ਬੁਲਾਉਣ ਦਾ ਟਾਈਮ ਹੋ ਗਿਆ ਇੱਥੇ ਹੀ ਅਸੀਂ ਫਤਿਹ ਸਾਂਝੀ ਕਰਦੇ ਹਾਂ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ